ਨੇ ਕਿਤੇ ਮਾਨ ਮੋਹਾਲੀ ਦਾ ਮੁਕੱਦਮਾ ਕਰਨਗੇ। ਸਾਰਾ ਪੰਜਾਬ 3 ਕਰੋੜ ਅਤੇ 2 ਕਰੋੜ ਲੋਕ ਬਾਹਰ ਜਿਹੜੇ ਪੰਜਾਬੀ ਰਹਿੰਦੇ ਆ, ਉਹ ਤਾਂ ਸਾਰੇ ਹੀ ਇਹ ਗੱਲਾਂ ਕਹਿ ਰਹੇ ਨੇ। ਕੌਣ ਕਹਿ ਰਿਹਾ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਦੀ ਸਰਕਾਰ ਵੇਲੇ ਨਹੀਂ ਹੋਈ? ਕੌਣ ਕਹਿ ਰਿਹਾ ਹੈ ਵੀ ਇਹਨਾਂ ਨੇ ਨਿਹੱਤੇ ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬੈਠੇ ਸੀ ਉਹਨਾਂ 'ਤੇ ਗੋਲੀਆਂ ਮਾਰ ਕੇ ਨਹੀਂ ਮਾਰਿਆ? ਇਹਨਾਂ ਨੂੰ ਪਤਾ ਨਹੀਂ ਸੀ? ਇਹਨਾਂ ਦਾ ਬਹੁਤ ਨੇੜੇ ਦਾ ਬੰਦਾ ਸੀ ਉਹ ਬਿੱਟੂ, ਜਿਹਨੇ ਸਾਰੇ ਕੰਧਾਂ 'ਤੇ ਫਰੀਦਕੋਟ ਏਰੀਏ 'ਚ ਜਿਹਨੇ ਬਹਿਬਲ ਕਲਾਂ ਬਰਗਾੜੀ ਦੀ ਗੱਲ ਆ ਜਿਹੜੀ, ਉੱਥੇ ਉਹਨੇ ਸਾਫ਼ ਪੋਸਟਰ ਲਾਏ ਸੀ ਬਈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਹੈ ਉਹਦੀ ਬੇਅਦਬੀ ਕਰਾਂਗੇ, ਅਤੇ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ? ਉਹਦੇ ਘਰੇ ਤਾਂ ਮੇਲੇ ਲੱਗਦੇ ਸੀ, ਉਹ ਸਾਰੇ ਬੜੇ ਤੋਂ ਬੜੇ ਅਫਸਰੋਂ ਤੋਂ ਹੁਕਮ ਲੈਂਦੇ ਸੀ ਉਸ ਬੰਦੇ ਤੋਂ ਜਿਹਨੇ ਇਹ ਕੰਮ ਕਰਵਾਇਆ ਸੀ। ਅਤੇ ਇਸ ਕਰਕੇ ਇਹ ਬਿਲਕੁਲ ਕੁਛ ਕਰੀ ਜਾਣ ਨਾ ਕਰੀ ਜਾਣ ਉਹ ਅਲੱਗ ਗੱਲ ਆ, ਪਰ ਇਹ ਗੱਲਾਂ ਹਰ ਪੰਜਾਬੀ, ਹਰ ਗੁਰੂ ਨਾਮ ਲੇਵਾ ਹੈ ਜਿਹੜਾ ਵੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੈ, ਉਹ ਹਰ ਬੰਦੇ ਨੂੰ ਪਤਾ ਹੈ। ਚਾਹੇ ਆ ਜਥੇਦਾਰ ਕੌਂਕੇ ਸਾਹਿਬ ਦੀ ਗੱਲ ਕਰ ਲਓ, ਕਿਉਂ 15 ਸਾਲ ਸਰਕਾਰ ਰਹੀ, ਉਹਨਾਂ ਨੂੰ ਕੁਛ ਵੀ ਉਹਨਾਂ ਨਾਲ ਹੋਇਆ, ਪਰ ਇਹ ਬੰਦਿਆਂ ਨੇ ਇੱਕ ਵੀ ਰਿਪੋਰਟ ਆ ਜਿਹੜੀ ਉਹ ਲੈ ਕੇ ਮੂਹਰੇ ਨਹੀਂ ਆਉਂਦੀ। ਇਸ ਕਰਕੇ ਇਹਨਾਂ ਦੀ ਗੱਲ ਚੱਲਣੀ ਨਹੀਂ। ਹੁਣ ਜਿੱਥੇ ਮਰਜ਼ੀ ਕਰਦੇ ਫਿਰਨ ਨਾ ਕਰਦੇ ਫਿਰਨ, ਉਹ ਬਾਦਲ ਸਾਹਿਬ ਦੇ ਨਾਲ ਸੀ, ਬਾਦਲ ਸਾਹਿਬ ਨਾਲ ਹੀ ਚੱਲੇਗੀ ਕਹਾਣੀ। ਦੇਖਿਆ ਜਾਵੇ ਤਾਂ ਸਿਆਸਤ ਬੜੀ ਗਰਮਾਈ ਹੋਈ ਆ, ਤਾਲੇ ਨੂੰ ਲੈ ਕੇ ਤਾਲੇ ਲਗਾਏ ਜਾਂਦੇ, ਤੋੜੇ ਜਾਂਦੇ, ਸੀਲਾਂ ਤੋੜੀਆਂ ਜਾਂਦੀਆਂ ਨੇ, ਪਰ ਲੁਧਿਆਣੇ ਵਿੱਚ ਦੁਕਾਨਾਂ ਦੀ ਵੀ ਸੀਲਾਂ ਕੀਤੀਆਂ ਗਈਆਂ ਨੇ, ਰਾਤ 11:30 ਵਜੇ ਵੀ। ਦੇਖੋ ਮੈਂ ਤਾਂ ਹੈਰਾਨ ਹਾਂ ਵੀ ਇਹ ਸ਼ਹਿਰ 'ਚ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਲੋਕਾਂ ਦੀ ਹਿਫਾਜ਼ਤ ਕਰਨ ਲਈ ਹੁੰਦੀਆਂ, ਇੱਥੇ ਉਲਟ ਹੋ ਰਿਹਾ। ਇਹ ਬਦਲਾਅ ਇਹੀ ਆ ਨਾ, ਇਹ ਰਾਤ ਨੂੰ ਲੋਕਾਂ ਦੀਆਂ ਚੋਰੀ ਜਾ ਕੇ, ਜਦੋਂ ਆਪਣੇ ਲੋਕ ਕਾਰੋਬਾਰ ਕਰਕੇ ਦੁਕਾਨਾਂ ਬੰਦ ਕਰਕੇ ਲੋਕ ਆਪਣੇ ਘਰਾਂ ਨੂੰ ਚਲੇ ਜਾਂਦੇ ਆ, ਇਹ ਫਿਰ ਤਾਲੇ ਰਾਤ ਨੂੰ ਚੋਰਾਂ ਵਾਂਗੂ ਤਾਲੇ ਲਾਉਣ ਆਉਂਦੇ ਆ। ਇੱਥੇ ਬਹੁਤ ਜ਼ਿਆਦਾ ਅੱਜ ਮੈਨੂੰ ਦੁਕਾਨਦਾਰ ਮਿਲੇ ਜਿਹੜੇ ਸਾਊਥ ਹਲਕੇ ਦੇ ਵਿੱਚ ਵੀ, ਲਗਾਤਾਰ ਲਾਈਨਾਂ ਦੀਆਂ ਲਾਈਨਾਂ ਹੈ ਜਿਹੜੀਆਂ ਦੁਕਾਨਾਂ ਬੰਦ ਕਰਕੇ ਚਲੇ ਗਏ। ਇਹ ਹੋਇਆ ਇਹਨਾਂ ਨੂੰ ਪਤਾ ਨਹੀਂ ਕੀ ਹੋਇਆ ਹੈ। ਸਿੱਧੀ ਗੱਲ ਇਹ ਆ ਵੀ ਜਦੋਂ ਉਹ ਚੀਜ਼ਾਂ ਬਣ ਰਹੀਆਂ ਸੀ, ਕੰਸਟਰਕਸ਼ਨ ਹੋ ਰਹੀ ਸੀ, ਉਹ ਕੰਸਟਰਕਸ਼ਨ ਕੋਈ ਰਾਤੋਂ ਰਾਤ ਤਾਂ ਹੋ ਨਹੀਂ ਗਈ, ਉਹ ਮਹੀਨਿਆਂ ਦੇ ਮਹੀਨੇ ਲੱਗੇ ਆ ਉਹ ਬਿਲਡਿੰਗਾਂ ਬਣਨ ਨੂੰ, ਉਹ ਦੁਕਾਨਾਂ ਬਣਨ ਨੂੰ। ਉਦੋਂ ਇਹ ਕੀਤ ਕਿੱਥੇ ਸੁੱਤੇ ਪਏ ਹੁੰਦੇ ਆ ਜਿਹੜੇ ਕਿ ਹੁਣ ਇਹਨਾਂ ਨੂੰ ਤਾਲੇ ਲਾਉਣੇ ਯਾਦ ਆ ਗਏ, ਜਦੋਂ CM ਹਾਊਸ ਤੋਂ ਆਰਡਰ ਆ ਗਏ ਵੀ ਭਾਈ ਉਹਨਾਂ ਨੇ ਤਾਂ ਇਹ ਕਿਹਾ ਵੀ ਥੱਲੇ ਜਿਹੜੇ MLA ਨੇ ਉਹ ਗੜਬੜਾਂ ਕਰ ਰਹੇ ਨੇ, ਉਹ ਨਜਾਇਜ਼ ਬਿਲਡਿੰਗਾਂ ਬਣਵਾ ਰਹੇ ਆ। ਇਹਦੇ ਕਰਕੇ ਇਹ ਥੋੜ੍ਹੀ ਆ ਵੀ ਕਾਰਪੋਰੇਸ਼ਨ ਅਫਸਰ CM ਹਾਊਸ ਤੋਂ ਆਰਡਰ ਆਇਆ, ਉਹਨਾਂ ਨੇ ਸਾਰਾ ਲੁਧਿਆਣਾ ਹੀ ਬੰਦ ਕਰਤਾ, ਸਾਰਾ ਲੁਧਿਆਣਾ ਹੀ ਸੀਲ ਕਰਤਾ। ਇਸ ਕਰਕੇ ਅਣਜਾਣ ਬੰਦੇ ਆ, ਅਣਜਾਣ ਬੰਦੇ ਜਦੋਂ ਬਣ ਜਾਂਦੇ ਆ ਸੱਤਾ 'ਚ ਉਹ ਇਹੋ ਜਿਹੇ ਨਤੀਜੇ ਆਉਂਦੇ। ਸਰ ਆਖਿਰ ਸਵਾਲ ਹੈ, ਅੱਜ ਮੀਟਿੰਗ ਦੁਆਰਾ ਫਿਰ ਹੋਈ ਹੈ ਗੜਚੂਨ ਲੈ ਕੇ ਚੰਡੀਗੜ੍ਹ ਦੇ ਵਿੱਚ? ਕਿੱਥੇ? ਚੰਡੀਗੜ੍ਹ ਰਾਜਾ। ਉਹ ਬਾਬਾ ਛੱਡ ਦਿਓ, ਸਾਨੂੰ ਗੱਠਜੋੜ ਦੀ ਗੱਲ ਜਿਹੜੀ ਆ ਉਹ ਅਸੀਂ ਸਾਰੇ ਲੋਕ ਇੱਥੇ ਕਰਕੇ ਹਟੇ ਹਾਂ। ਸਭ ਨੇ ਇਹ ਗੱਲ ਕਹੀ ਆ ਬਈ, ਆਮ ਪਾਰਟੀ ਵਰਕਰ ਨੇ ਇਹ ਗੱਲ ਕਹੀ ਆ ਵੀ ਗੱਠਜੋੜ ਦੀ ਗੱਲ ਨਾ ਕਰੋ, ਇਸ ਕਰਕੇ ਨਾ ਅਸੀਂ ਗੱਲ ਕਰਨੀ ਆ। ਭਾਰਤ ਜੋੜੋ ਯਾਤਰਾ ਪੰਜਾਬ ਦੇ ਵਿੱਚ ਨਹੀਂ ਆ ਰਹੀ ਹੈ? ਨਹੀਂ ਨਹੀਂ, ਉਹ ਤਾਂ ਜਿੱਥੇ ਜਿੱਥੇ ਨਹੀਂ ਆਈ ਉੱਥੇ ਹੋ ਰਹੀ ਆ, ਜਿਹੜੀ 6,000 ਕਿਲੋਮੀਟਰ ਤੋਂ ਉੱਤੇ ਆ ਨਿਆਏ ਯਾਤਰਾ, ਇਹ ਮਨੀਪੁਰ ਤੋਂ ਸ਼ੁਰੂ ਹੋਣੀ ਆ ਅਤੇ ਗੁਜਰਾਤ ਇੱਧਰ ਖਤਮ ਹੋਣੀ ਆ ਜਾ ਕੇ, ਜਿਹਦੇ ਵਿੱਚ ਵੱਡੇ ਸੂਬੇ ਆ, UP ਵੀ ਆਉਣਾ ਹੈ, ਜਿਹਦੇ ਵਿੱਚ ਕੁਛ ਹਿੱਸਾ ਹੈ ਜਿਹੜਾ ਉਹ ਮੱਧਿਆ ਪ੍ਰਦੇਸ਼ ਦਾ ਆਉਣਾ ਹੈ, ਅਤੇ ਜਿਹੜੇ ਹਿੱਸੇ ਰਹਿ ਗਏ ਸੀਗੇ ਉਹਦੇ ਵਿੱਚ ਵੀ ਰਾਹੁਲ ਗਾਂਧੀ ਜੀ ਦੀ ਯਾਤਰਾ ਹੈ ਜਿਹੜੀ ਨਿਕਲਣੀ ਆ।